ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਫਰਨਾਮਾ ਸਾਹਿਬ ਦੇ ਦੂਸਰੇ ਪਾਕ ਦਾਸਤਾਨ ਦਾ 16ਵਾਂ ਸ਼ੇਰ ਅਤੇ ਜ਼ਫਰਨਾਮਾ ਸਾਹਿਬ ਦਾ 28ਵਾਂ ਸ਼ੇਰ ਹੈ ਕਿ ਬੇਰੂ ਨੇ ਆਮਦ ਕਸੇ ਜਾਂ ਦੀਵਾਰ ਨਾ ਖੁਰਦੰਦ ਤੀਰੋਂ ਨਾ ਗਸ਼ਤੰਦ ਖੁਆਰ ਕਿ ਦਾ ਅਰਥ ਹੈ ਜੋ ਬੇਰੂ ਦਾ ਮਤਲਬ ਬਾਹਰ ਨਿਆਮਤ ਦਾ ਮਤਲਬ ਨਾ ਆਇਆ ਕਸੇ ਦਾ ਮਤਲਬ ਮਨੋ ਖੁਰਦੰਦ ਦਾ ਮਤਲਬ ਖਾਦੇ ਗਸ਼ਤੰਦ ਦਾ ਮਤਲਬ ਹੋਏ ਖੁਆਰ ਦਾ ਮਤਲਬ ਪਰੇਸ਼ਾਨ ਪੂਰੇ ਸ਼ੇਰ ਦੇ ਅਰਥ ਹਨ ਜਿਹੜਾ ਦੀਵਾਰ ਦੀ ਓਟ ਤੋਂ ਬਾਹਰ ਨਾ ਆਇਆ ਨਾ ਉਹਨੇ ਤੀਰ ਖਾਦੇ ਅਤੇ ਨਾ ਹੀ ਉਹ ਖਾਰ ਹੋਇਆ ਇਸ ਸ਼ੇਰ ਨੂੰ ਹੋਰ ਬਿਆਨ ਕਰਦੇ ਗਿਆਨੀ ਜੀ ਲਿਖਦੇ ਹਨ ਦੀਵਾਰ ਤੋਂ ਜੋ ਬਾਹਰ ਨਾ ਆਇਆ ਸੋ ਬਚ ਗਿਆ ਸਤਿਗੁਰੂ ਜੀ ਬਾਦਸ਼ਾਹ ਨੂੰ ਸੰਬੋਧਨ ਕਰਦੇ ਹੋਏ ਲਿਖਦੇ ਹਨ ਐ ਔਰੰਗਜ਼ੇਬ ਸਾਡੇ ਚੁੱਕ تیر ਚਲਦੇ ਵੇਖ ਕੇ ਤੇ ਰਿਕੋਟ ਸਵਾਰ ਸਿਪਾਹੀ ਅਤੇ ਸਿਪਾ ਸਲਾਰ ਦੀਵਾਰ ਦੇ ਓਲੇ ਹੋ ਗਏ ਨਾ ਉਹ ਸਾਹਮਣੇ ਆਏ ਔਰ ਨਾ ਉਹ ਸਾਡੇ تیر ਦਾ ਨਿਸ਼ਾਨਾ ਬਣੇ ਪਰ ਜੋ ਸਾਹਮਣੇ ਆਏ ਉਹ ਸਾਡੇ تیر ਦਾ ਨਿਸ਼ਾਨਾ ਬਣਨ ਤੋਂ ਬਚ ਨਾ ਸਕੇ ਭਾਈ ਸੰਤੋਖ ਸਿੰਘ ਜੀ ਅਨੁਸਾਰ ਲੋਥਾਂ ਦੇ ਢੇਰ ਲੱਗ ਗਏ ਜਿਨ੍ਹਾਂ ਵਿੱਚੋਂ ਤੇਜ਼ੀ ਨਾਲ ਖੂਨ ਨਿਉ ਵਹਿ ਰਿਆ ਸੀ ਜਿਵੇਂ ਉੱਚੀਆਂ ਪਹਾੜੀਆਂ ਵਿੱਚੋਂ ਚਸ਼ਮਾ ਵਹਿੰਦਾ ਹੈ ਸ਼ੇਰ ਦੇ ਅਰਥ ਬਿਆਨ ਕਰਦੇ ਹੋਈ ਪੁਲਚੁਕ ਦੀ ਖੀਮਾ ਚਾਉਂਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ